ਇੱਕ ਆਦਮੀ ਦਾ ਫੋਨ ਆਇਆ ਕਿ ਮੇਰੀ ਇਹ ਸਮੱਸਿਆ ਹੈਗੀ ਹੈ ਕਿ ਮੇਰੇ ਇੱਕ ਹਿੰਦੂ ਪਰਿਵਾਰ ਦੇ ਵਿੱਚ ਵਿਆਹ ਹੋਇਆ, ਮੇਰੀ ਵਾਈਫ ਹਿੰਦੂ ਪਰਿਵਾਰ ਦੀ ਹੈਗੀ ਹੈ ਅਤੇ ਮੈਂ ਸਰਦਾਰ ਹਾਂ, ਅਤੇ ਹੁਣ ਮੇਰੀ ਵਾਈਫ ਦੇ ਬੱਚਾ ਹੋਣਾ, ਜੇ ਉਹ ਲੜਕਾ ਹੋ ਗਿਆ ਤਾਂ ਮੈਂ ਚਾਹੁੰਦਾ ਉਸਨੂੰ ਸਰਦਾਰ ਬਣਾਵਾਂ, ਅਤੇ ਪਰ ਜੇ ਮੇਰੀ ਵਾਈਫ ਉਸਨੂੰ ਹਿੰਦੂ ਬਣਾਵੇ ਤਾਂ ਮੈਂ ਵਿਰੋਧ ਨਹੀਂ ਕਰ ਸਕੂੰਗਾ, ਅਤੇ ਮੈਂ ਕੀ ਕਰਾਂ। ਮੈਂ ਉਸਨੂੰ ਕਿਹਾ, ਮੈਂ ਕਿਹਾ ਤੇਰਾ ਵਿਹਾਰ ਇਤਨਾ ਚੰਗਾ ਹੋਣਾ ਚਾਹੀਦਾ ਸਰਦਾਰ ਦੇ ਤੌਰ 'ਤੇ ਕਿ ਤੇਰੀ ਵਾਈਫ ਕਹੇ ਕਿ ਮੈਂ ਇਸਨੂੰ ਸਰਦਾਰ ਬਣਾਉਣਾ। ਹਾਂਜੀ, ਸੋ ਇਹ ਸਮੱਸਿਆ ਦਾ ਹੱਲ ਤਾਂ ਇਹ ਹੈ ਕਿ ਤੇਰਾ ਵਿਹਾਰ ਇਤਨਾ ਚੰਗਾ ਹੋਣਾ ਚਾਹੀਦਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਈਕੋਲੋਜੀ ਜਿਹੜੀ ਹੈ ਨਾ, ਉਸ ਨੂੰ ਅਸੀਂ ਵਰਤਦੇ ਨਹੀਂ ਹੈਗੇ, ਉਸ ਨੂੰ ਵਰਤਣ ਦੇ ਨਾਲ ਜਿਹੜਾ ਨਾ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹਨ ਉਹ ਹੱਲ ਹੋ ਜਾਂਦੀਆਂ ਹੈਗੀਆਂ। ਇੱਕ ਪਰਿਵਾਰ ਸੀ, ਮੁੰਡੇ ਦਾ ਵਿਆਹ ਹੋਇਆ, ਉਸ ਲੜਕੀ ਦਾ ਪਹਿਲਾਂ ਕਿਸੇ ਹੋਰ ਲੜਕੇ ਨਾਲ ਸੰਬੰਧ ਸੀ, ਉਹ ਘਰ ਵਾਲਿਆਂ ਨੇ ਕੋਈ ਮਾੜਾ ਮੋਟਾ ਤੰਗ ਕੀਤਾ ਅਤੇ ਉਹ ਭੱਜ ਕੇ ਉਸ ਪਰਿਵਾਰ ਦੇ ਵਿੱਚ ਚਲੀ ਗਈ, ਅਤੇ ਇਹਨਾਂ ਨੇ ਕਿਹਾ ਕਿ ਸਾਡੀ ਨੂੰਹ ਹੈ, ਤੁਸੀਂ ਸਾਡੇ ਹੁੰਦੀ ਹੋ। ਉਹ ਕਹਿੰਦੇ ਹੁਣ ਤਾਂ ਸਾਡੇ ਕੋਲ ਆ ਗਈ ਹੈ। ਉਹ ਮੈਨੂੰ ਕਹਿੰਦਾ, ਮੈਨੂੰ ਅਫਸੋਸ ਹੈ ਕਿ ਮੈਨੂੰ ਆਪਣੀ ਮਿਸਾਲ ਮੈਨੂੰ ਕਰਕੇ ਗੱਲ ਕਰਨੀ ਪੈ ਰਹੀ ਹੈ, ਪਰੰਤੂ ਮੈਂ ਜਿਹੜੀਆਂ ਉਹ ਸਮੱਸਿਆਵਾਂ ਤੁਹਾਨੂੰ ਦੱਸਾਂਗਾ ਜਿਹੜੀਆਂ ਮੈਂ ਹੱਲ ਕੀਤੀਆਂ ਹੋਈਆਂ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਖਹਿੜਾ ਛੱਡ ਦਿਓ ਉਹਦਾ, ਜੇਕਰ ਉਸਨੇ ਤੁਹਾਡੇ ਘਰ ਦੇ ਵਿੱਚ ਆ ਕੇ ਇਵੇਂ ਕੀਤਾ ਹੈ ਤਾਂ ਉੱਥੇ ਵੀ ਇਵੇਂ ਕਰੇਗੀ, ਆਦਤਾਂ ਨਹੀਂ ਬਦਲਦੀਆਂ ਹੁੰਦੀਆਂ। ਕੁਝ ਚਿਰ ਬਾਅਦ ਉਹਨਾਂ ਨੇ ਕੱਢ ਦਿੱਤੀ। ਕਹਿਣ ਤੋਂ ਭਾਵ ਇਹ ਹੈਗਾ ਕਿ ਪੱਕੇ ਰਹੋ, ਵਿਆਹ ਕੀਤਾ ਉਸਨੂੰ ਕਾਮਯਾਬ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ। ਬਿਲਕੁਲ, ਮਤਲਬ ਨਿੱਕੀ ਜਿਹੀ ਗੱਲ 'ਤੇ ਵੱਖਰੇ ਹੋ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਹੈ। ਹੁਣ ਇੱਕ ਪ੍ਰੋਬਲਮ ਆ ਰਹੀ ਹੈ ਕਿ ਪਰਿਵਾਰ ਛੋਟੇ ਹੋ ਰਹੇ ਹਨ। ਹਾਂਜੀ, ਇੱਕ ਪੁੱਤਰ ਹੈ, ਮਾਂ ਉਸਨੂੰ ਪੁੱਤਰ ਹੀ ਨਹੀਂ ਸਮਝਦੀ, ਮਾਂ ਉਸਨੂੰ ਕਈ ਪੁੱਤਰ ਸਮਝਦੀ ਹੈ, ਉਸ ਤੋਂ ਸਾਰੇ ਫਾਇਦੇ ਉਠਾਉਣਾ ਚਾਹੁੰਦੀ ਹੈ। ਉਸ ਮੁੰਡੇ ਨੂੰ ਜਿਹੜੀ ਲੜਕੀ ਪਸੰਦ ਸੀ ਉਸਨੇ ਉਸ ਨਾਲ ਵਿਆਹ ਕਰਵਾ ਲਿਆ, ਮਾਂ ਨੂੰ ਉਹ ਪਸੰਦ ਨਹੀਂ ਸੀ। ਜਿਵੇਂ ਲੜਕੀ ਵਾਲੇ ਕੀ ਕਰਦੇ ਹੈ ਕਿ ਰਿਸ਼ਤੇਦਾਰ ਔਰਤਾਂ ਵਾਸਤੇ ਸੂਟ ਦਿੰਦੇ ਆ, ਕਈ ਵਾਰੀ ਪਰਿਵਾਰ ਵੀ 21 ਸੂਟ ਇਕੱਠੇ ਦੇ ਦਿੰਦੇ ਆ ਵੀ ਜਿਹਨੂੰ ਤੁਸੀਂ ਠੀਕ ਸਮਝੋ ਉਸ ਨੂੰ ਤੁਸੀਂ ਦੇ ਦਿਓ। ਇੱਕ ਵਾਰੀ ਉਹ ਪਤੀ ਪਤਨੀ ਘੁੰਮਣ ਗਏ ਅਤੇ ਉਹਦੀ ਜਿਹੜੀ ਸੱਸ ਸੀ ਲੜਕੀ ਦੀ, ਜਿਸ ਨੂੰ ਉਹ ਪਸੰਦ ਨਹੀਂ ਸੀ ਕਰਦੀ, ਉਸਨੇ ਉਹ 20-21 ਸੂਟ ਜਿਹੜੇ ਸੀ ਨਾ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਇੱਕ ਇੱਕ ਮੀਟਰ ਕੱਪੜਾ ਪਾੜ ਲਿਆ, ਪਾੜ ਕੇ ਰੱਖ ਲਿਆ, ਅਤੇ ਜਿਸ ਨੂੰ ਉਹ ਕਿਤੇ ਸੂਟ ਦਿੰਦੀ ਸੀ ਉਹ ਸੂਟ ਤਾਂ ਬਣਦਾ ਨਹੀਂ ਸੀ। ਸੂਟ ਲੈਣ ਵਾਲੇ ਸੋਚਦੇ ਸੀਗੇ ਕਿ ਇਹੀ ਕੱਪੜਾ ਜਿਹੜਾ ਕੱਟ ਹੈ ਬਾਕੀ ਸਾਰੇ ਠੀਕ ਹੈ, ਉਹ ਵਾਪਸ ਕਰਨ ਆ ਜਾਂਦੇ ਸੀਗੇ। ਉਸ ਵੇਲੇ ਫਿਰ ਸੱਸ ਜਿਹੜੀ ਸੀ ਨਾ ਉਸਦੇ ਸਾਹਮਣੇ ਆਪਣੀ ਨੂੰਹ ਦੀ ਭੰਡੀ ਕਰਦੀ ਸੀ ਵੀ ਦੇਖੋ ਜੀ ਇਹਨਾਂ ਨੇ ਜਾਣ ਕੇ ਸਾਡੀ ਬੇਇੱਜ਼ਤੀ ਕੀਤੀ ਹੈ, ਇਹਨਾਂ ਨੂੰ ਇਹਨਾਂ ਨਹੀਂ ਪਤਾ ਹੈਗਾ ਕਿ ਸੂਟ ਦੇ ਵਿੱਚ ਕਿੰਨਾ ਕੱਪੜਾ ਲੱਗਦਾ ਵਗੈਰਾ ਵਗੈਰਾ। ਇੱਕ ਦਿਨ ਉਸ ਨੂੰਹ ਨੂੰ ਉਹ ਇੱਕ ਇੱਕ ਮੀਟਰ ਪਾੜੇ ਹੋਏ ਕੱਪੜਿਆਂ ਦੀ ਗੱਠੜੀ ਪੇਟੀ 'ਚੋਂ ਮਿਲ ਗਈ। ਇਵੇਂ ਵੀ ਵਾਪਰੇਗਾ, ਇੱਕ ਨਵੀਂ ਸਮੱਸਿਆ ਪੈਦਾ ਹੋ ਰਹੀ ਹੈ। ਨੂੰਹਾਂ ਪੜ੍ਹੀਆਂ ਲਿਖੀਆਂ, ਤੇਜ਼ ਤਰਾਰ ਹੈ, ਬਹੁਤ ਕੁਛ ਜਾਣਦੀਆਂ, ਬਹੁਤ ਕੁਛ ਉਹਨਾਂ ਨੂੰ ਪਤਾ, ਅਤੇ ਸੱਸਾਂ ਜਿਹੜੀਆਂ ਹੈਗੀਆਂ ਪੁਰਾਣੇ ਜ਼ਮਾਨੇ ਦੀਆਂ ਹੈਗੀਆਂ। ਬਿਲਕੁਲ, ਅਤੇ ਉਹਨਾਂ ਦੇ ਵਿੱਚ ਟਕਰਾਓ ਹੈ। ਔਰ ਹੁਣ ਇਹ ਹੋ ਗਿਆ, 40-50% ਸੱਸਾਂ ਆਪਣੀਆਂ ਨੂੰਹਾਂ ਤੋਂ ਡਰਦੀਆਂ।
ਨੂਹਾਂ ਸਿਆਣੀਆਂ ਵੀ ਹੁੰਦੀਆਂ। ਇੱਕ ਨੂੰਹ ਸੀ, ਉਹ ਆਈ, ਸੱਸ ਦੇ ਕੋਲ ਜਾਇਦਾਦ ਸੀ, ਪੁੱਤਰ ਦੀ ਜਾਇਦਾਦ ਸੀ ਉਹਨਾਂ ਦੀ। ਉਸਨੇ ਆਪਣੇ ਹਸਬੈਂਡ ਨੂੰ ਕਿਹਾ ਕਿ ਤੁਸੀਂ ਆਪਾਂ ਸਕੂਲ ਖੋਲਦੇ ਹਾਂ ਇੱਥੇ, ਅਤੇ ਉਸਨੇ ਆਪਣੀ ਸੱਸ ਨੂੰ ਕਿਹਾ ਮੈਂ ਪ੍ਰਿੰਸੀਪਲ ਹੋਵਾਂਗੇ, ਤੁਸੀਂ ਇਹਦੇ ਚੇਅਰਮੈਨ ਬਣ ਜਾਣਾ, ਆਪਾਂ ਸਕੂਲ ਚਲਾਵਾਂਗੇ। ਮਤਲਬ ਉਸਨੇ ਮੈਂ ਤੋਂ ਆਪਾਂ ਬਣਾ ਲਿਆ, ਇਹ ਆਪਾਂ ਕਰਾਂਗੇ। ਉਸ ਦੇ ਨਾਲ ਉਸਨੂੰ ਉਹ ਬਹੁਤ ਸਾਰੀ ਇੱਜ਼ਤ ਮਿਲ ਗਈ। ਸੁਖਵਿੰਦਰ ਅੰਮ੍ਰਿਤ ਹੈਗੀ ਆ ਪੋਇਟਸ, ਬਿਲਕੁਲ, ਉਹ ਦੱਸਦੀ ਸੀ ਕਿ ਉਹਦੀਆਂ ਜਦੋਂ ਕਵਿਤਾਵਾਂ ਦੀਆਂ ਕਿਤਾਬਾਂ ਛਪਦੀਆਂ ਤਾਂ ਉਸਦੀ ਸੱਸ ਜਿਹੜੀ ਆ ਹੁਣ ਉਹਦੀ ਪ੍ਰਸ਼ੰਸਾ ਕਰਦੀ ਹੈ। ਬਿਲਕੁਲ। ਅਤੇ ਕਹਿੰਦੇ ਮੇਰੀ ਇੱਕ ਵਾਰੀ ਨਵੀਂ ਕਿਤਾਬ ਛਪੀ ਅਤੇ ਮੇਰੀ ਸੱਸ ਪੁੱਛਦੀ ਹੈ ਹੁਣ ਆਪਣੀਆਂ ਕਿਤਨੀਆਂ ਕਿਤਾਬਾਂ ਹੋ ਗਈਆਂ। ਉਹ ਕਹਿਣ ਤੋਂ ਭਾਵ ਇਹ ਹੈਗਾ ਉਹਨਾਂ ਨੂੰ ਇਨਕਲੂਡ ਕਰੋ, ਉਹਨਾਂ ਨੂੰ ਬਾਹਰ ਨਾ ਕੱਢੋ। ਮੈਨੂੰ ਯਾਦ ਹੈ ਸੰਗਰੂਰ ਮੈਂ ਪੜ੍ਹਾਉਂਦਾ ਸੀ ਅਤੇ ਯੂਨੀਵਰਸਿਟੀ ਨੇ ਕਾਲਜ ਨੂੰ ਯੂਥ ਫੈਸਟੀਵਲ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ। ਜੋ ਪ੍ਰਿੰਸੀਪਲ ਬੜਾ ਡਰਦਾ ਸੀ ਕਿਉਂਕਿ ਉਸ ਜਿਹੜਾ ਕਾਲਜ ਸੀਗਾ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਸੀ ਜਿਹੜੇ ਲੱਠਬਾਜ਼ ਸੀਗੇ, ਜਿਹੜੇ ਜਿਹਨੂੰ ਗੁੰਡਾ ਤਾਂ ਨਹੀਂ ਕਹਿਣਾ ਚਾਹੀਦਾ ਪਰੰਤੂ ਉਹ ਕਾਬੂ ਨਹੀਂ ਸੀ ਆਉਂਦੇ ਹੈਗੇ। ਅਤੇ ਮੈਂ ਸਾਈਕੋਲੋਜੀ ਪੜ੍ਹਦਾ ਸੀ ਉਹਨਾਂ ਦੇ ਨਾਲ, ਮੈਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਇੰਚਾਰਜ ਬਣਾ ਦਿਓ, ਮੈਂ ਕਰਦਾ ਇਹ। ਮੈਂ ਉਹ 8-10 ਕਮੇਟੀਆਂ ਬਣਾਈਆਂ ਅਤੇ ਉਹਨਾਂ ਸਾਰੇ ਹਰੇਕ ਕਮੇਟੀ ਦਾ ਉਹਨਾਂ ਦਸਾਂ ਵਿੱਚੋਂ ਨਾ ਕਿਸੇ ਨਾ ਕਿਸੇ ਨੂੰ ਪ੍ਰਧਾਨ ਲਾ ਦਿੱਤਾ। ਮਤਲਬ ਕਿ ਉਹਨਾਂ ਸਾਰਿਆਂ ਨੂੰ ਪ੍ਰਧਾਨ ਬਣਾ ਦਿੱਤਾ, ਪ੍ਰਧਾਨ ਬਣਾ ਦਿੱਤਾ ਅਤੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਇਹ ਹੋਣੀ ਚਾਹੀਦੀ ਹੈ। ਉਸ ਵਰਗਾ ਯੂਥ ਫੈਸਟੀਵਲ ਹੀ ਨਹੀਂ ਹੋਇਆ ਕਦੇ, ਕਹਿਣ ਤੋਂ ਭਾਵ ਹੈਗਾ ਉਹ ਉਹਨਾਂ ਨੂੰ ਜ਼ਿੰਮੇਵਾਰੀ ਦਿਓ। ਇੱਕ ਵਾਰ ਕੀ ਹੋਇਆ ਕਿ ਯੂਨੀਵਰਸਿਟੀ ਦੇ ਵਿੱਚ ਐਂਟਰੈਂਸ ਟੈਸਟ ਲੈਣਾ ਸੀ, ਮੇਰੀ ਵੀ ਡਿਊਟੀ ਲੱਗੀ ਹੋਈ ਸੀ, ਮੈਂ ਕੋਆਰਡੀਨੇਟਰ ਸੀ ਅਤੇ ਅਸੀਂ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਬ੍ਰਾਂਚ ਵਿੱਚੋਂ ਇੱਕ ਇੱਕ ਬੰਦਾ ਸਾਨੂੰ ਦਿਓ। ਉਹਨਾਂ ਨੇ ਜੋ ਕੰਮ ਚੋਰ ਸੀ ਵੱਡੇ ਤੋਂ ਵੱਡਾ ਉਹ ਸਾਨੂੰ ਭੇਜ ਦਿੱਤੇ, ਉਹਨਾਂ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ। ਅੱਛਾ, ਅਸੀਂ ਕੀ ਕੀਤਾ ਕਿ ਉਹਨਾਂ ਨੂੰ ਉਹਨਾਂ ਦੇ ਮੇਜ਼ ਉੱਤੇ ਨਾ ਉਹਨਾਂ ਦੇ ਨਾਂ ਦੀਆਂ ਤਖਤੀਆਂ ਲਾ ਦਿੱਤੀਆਂ ਅਤੇ ਉਹਨਾਂ ਦੇ ਗਲ ਦੇ ਵਿੱਚ ਉਹ ਪਾ ਦਿੱਤਾ ਅਤੇ ਲਿਖ ਕੇ ਲਾ ਦਿੱਤਾ ਜੇ ਕਿਸੇ ਨੂੰ ਕਿਸੇ ਵੀ ਇੰਪਲਾਈ ਦੇ ਖਿਲਾਫ ਸ਼ਿਕਾਇਤ ਹੋਵੇ ਤਾਂ ਨਾਮ ਅਨੁਸਾਰ ਜਿਹੜਾ ਹੈ ਉਹ ਇਸ ਬਾਕਸ ਦੇ ਵਿੱਚ ਪਾਈ ਜਾਵੇ। ਸੋ ਕਹਿਣ ਤੋਂ ਉਹਨਾਂ ਦਾ ਨਾਂ ਹੋ ਗਿਆ, ਉਹਨਾਂ ਨੂੰ ਮਾਨਤਾ ਮਿਲ ਗਈ, ਉਹ ਮਾਨਤਾ ਮਿਲਣ ਦੇ ਨਾਲ ਹੀ ਉਹ ਸੁਧਰ ਗਏ। ਬਿਲਕੁਲ। ਅਤੇ 25 ਰੁਪਏ ਮਿਲਦੇ ਸੀਗੇ ਉਦੋਂ ਉਹਨਾਂ ਦੀ ਐਂਟਰਟੇਨਮੈਂਟ ਵਾਸਤੇ, ਉਹਨਾਂ ਦੀ ਚਾਹ ਵਾਸਤੇ। ਉਹ ਅੱਜ ਤੋਂ 20-22 ਸਾਲ ਦੀ ਗੱਲ ਹੈਗੀ ਹੈ, ਉਹ 25 ਰੁਪਏ ਖਰਚ ਹੀ ਨਹੀਂ ਸੀ ਹੁੰਦੇ ਹੈਗੇ। ਸੋ ਕਹਿਣ ਤੋਂ ਭਾਵ ਹੈਗਾ ਕਿ ਦੂਜੇ ਬੰਦੇ ਨੂੰ ਮਾਨਤਾ ਦਿਓ, ਮਾਨਤਾ ਜਦੋਂ ਦਿਓਗੇ ਉਹ ਤੁਹਾਡਾ ਸਹਿਯੋਗੀ ਬਣ ਜਾਏਗਾ। ਸੋ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤੁਸੀਂ ਨਕਾਰੋ ਨਾ, ਉਹਨੂੰ ਕੰਡੈਮ ਨਾ ਕਰੋ, ਉਸ ਦੇ ਖਿਲਾਫ ਮੋਰਚਾ ਨਾ ਲਾਓ, ਉਸ ਨੂੰ ਆਪਣਾ ਸਹਿਯੋਗੀ ਬਣਾਓ। ਉਹਨੂੰ ਆਪਣਾ ਸਹਿਯੋਗੀ ਬਣਾਓਗੇ ਤਾਂ ਉਸ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਹਨ। ਇੱਕ ਵਿਦਿਆਰਥੀ ਸੀ, ਉਹ ਜਦੋਂ ਪਿੰਡ ਜਾਂਦਾ ਸੀ ਤਾਂ ਉਹਦੀ ਮਾਂ ਵਿਧਵਾ ਸੀ ਅਤੇ ਉਹਨੇ ਜਦੋਂ ਆਉਣਾ ਹੁੰਦਾ ਸੀ ਕਹਿੰਦਾ ਜਦੋਂ ਮੈਂ ਆਉਣ ਲੱਗਦਾ ਮੇਰੀ ਮਾਂ ਰੋਣ ਲੱਗ ਪੈਂਦੀ ਹੈ, ਕਹਿੰਦੀ ਹੈ ਇੱਕ ਦਿਨ ਤੂੰ ਹੋਰ ਠਹਿਰ ਜਾ। ਮੈਂ ਕਿਹਾ ਇਹਦੇ 'ਚ ਕੀ ਪ੍ਰੋਬਲਮ ਹੈਗੀ ਹੈ, ਜੇ ਤੂੰ ਐਤਵਾਰ ਆਉਣਾ ਹੋਇਆ ਕਰੇ ਤਾਂ ਮਾਂ ਨੂੰ ਕਿਹਾ ਕਰਕੇ ਮੈਂ ਸ਼ਨੀਵਾਰ ਜਾਣਾ, ਜੇ ਮਾਂ ਕਹੇਗੀ ਵੀ ਇੱਕ ਦਿਨ ਹੋਰ ਠਹਿਰ ਜਾ ਤੇਰੇ ਕੋਲ ਇੱਕ ਦਿਨ ਹੈਗਾ ਪਹਿਲਾਂ, ਤੂੰ ਕਹਿ ਮਾਂ ਤੂੰ ਕਹਿੰਦੀ ਹੈ ਤਾਂ ਮੈਂ ਰਹਿ ਜਾਣਾ ਇੱਕ ਦਿਨ ਹੋਰ। ਸੋ ਕਹਿਣ ਤੋਂ ਭਾਵ ਹੈਗਾ ਕਿ ਤੁਸੀਂ ਜੇਕਰ ਘਰ ਕਹਿ ਕੇ ਜਾਂਦੇ ਹੋ ਨਾ
ਕਿ ਅਸੀਂ 9 ਵਜੇ ਆ ਜਾਵਾਂਗੇ ਵਾਪਸ, ਨਵਾਂ ਹਸਬੈਂਡ ਵਾਈਫ ਜਿਹੜੇ ਹੈਗੇ ਆ। ਇਹ ਮੈਂ ਉਹਨਾਂ ਨੂੰ ਸਮਝਾਉਂਦਾ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ, ਇਹਨਾਂ ਨੂੰ ਆਪਣੀ ਅਕਲ ਨਾਲ ਸੁਲਝਾਓ। ਤੁਸੀਂ ਕਹਿ ਕੇ ਜਾਂਦੇ ਹੋ ਕਿ ਅਸੀਂ 9 ਵਜੇ ਵਾਪਸ ਆ ਜਾਵਾਂਗੇ, 9 ਵਜੇ ਤੱਕ ਤੁਹਾਡੀ ਸੱਸ ਸਹੁਰਾ ਜਿਹੜੇ ਨਾ ਉਹ ਚਿੰਤਾ ਨਹੀਂ ਕਰਨਗੇ, ਉਹ 9 ਵਜੇ ਤੋਂ ਬਾਅਦ ਕਰਨਗੇ। ਬਿਲਕੁਲ। ਤੁਸੀਂ ਜੇਕਰ 9 ਵਜੇ ਆਉਣਾ ਹੈਗਾ ਤਾਂ ਤੁਸੀਂ ਕਹਿ ਕੇ ਜਾਓ ਅਸੀਂ 10 ਵਜੇ ਤੱਕ ਆ ਜਾਵਾਂਗੇ, ਤੁਹਾਡੇ ਕੋਲ ਘੰਟਾ ਹੈਗਾ, ਤੁਸੀਂ 9:30 ਵੀ ਆ ਜਾਓ ਤਾਂ ਵੀ ਟਾਈਮ 'ਚੋਂ, 9:45 ਵੀ ਆ ਜਾਓ। ਕਹਿਣ ਤੋਂ ਭਾਵ ਹੈਗਾ ਕਿ ਸਮੱਸਿਆਵਾਂ ਹੱਲ ਕਰਨੀਆਂ ਸੀ, ਸਮੱਸਿਆਵਾਂ ਹੱਲ ਹੁੰਦੀਆਂ। ਸੋ ਸਮੱਸਿਆਵਾਂ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਸੱਸ ਸਹੁਰੇ ਦੇ ਪ੍ਰਭਾਵ ਥੱਲੇ ਲਿਆਓ।